ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ। ਮੈਂ ਦਿੱਲੀ ਆਇਆ ਹੋਇਆ ਸੀਗਾ, ਤੁਸੀਂ ਦੇਖਿਆ ਹੋਣਾ ਕੱਲ੍ਹ ਮੀਟਿੰਗ ਰਹੀ ਖੜਗੇ ਸਾਹਿਬ ਨਾਲ ਅਤੇ ਰਾਹੁਲ ਜੀ ਨਾਲ। ਬਾਜਵਾ ਸਾਹਿਬ ਵੀ ਇੱਥੇ ਸੀ, CLP ਲੀਡਰ। ਅਤੇ ਅੱਜ ਵਾਪਸ ਆਉਣਾ ਸੀਗਾ, ਲੇਕਿਨ ਕੁਝ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਵਾਪਸ ਨਹੀਂ ਆ ਪਾਏ। ਔਰ ਮੈਂ ਅਤੇ ਬਾਜਵਾ ਸਾਹਿਬ ਨੇ ਪਲੈਨ ਬਣਾਇਆ ਸੀ ਕਿ ਕਪੂਰਥਲੇ ਜਾਵਾਂਗੇ ਅਤੇ ਜਾਂ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਖਹਿਰਾ ਸਾਹਿਬ ਦੇ ਬੇਟੇ ਨੂੰ ਨਾਲ ਲੈ ਕੇ। ਸੋ ਅੱਜ ਦਾ ਅਸੀਂ ਸਮਾਂ ਵੀ ਨਿਸ਼ਚਿਤ ਕੀਤਾ ਸੀ ਪਰ ਪਹੁੰਚ ਨਹੀਂ ਪਾਏ, ਸੋ ਇਸ ਕਰਕੇ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ। ਲੇਕਿਨ ਜਲਦੀ ਖਹਿਰਾ ਸਾਹਿਬ ਦੇ ਬੇਟੇ ਨਾਲ ਗੱਲ ਹੋਈ ਸੀ, ਦੋ ਤਿੰਨ ਵਾਰੀ ਪਤਾ ਚੱਲਿਆ ਕਿ ਅੱਜ ਰਿਮਾਂਡ ਜਿਹੜਾ ਇੱਕ ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ 'ਚ ਦੁਬਾਰੇ ਭੇਜ ਦਿੱਤਾ ਗਿਆ ਹੈ ਅਤੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੂੰ ਜਾ ਕੇ ਮਿਲ ਕੇ ਵੀ ਆਵਾਂਗੇ ਦੁਬਾਰੇ। ਪਹਿਲਾਂ ਵੀ ਜਾ ਕੇ ਆਏ ਖਹਿਰਾ ਸਾਹਿਬ ਕੋਲੇ ਔਰ ਕੱਲ੍ਹ ਅਸੀਂ ਇਸ ਘਟਨਾਕ੍ਰਮ ਬਾਰੇ ਜਿਹੜਾ ਖਹਿਰਾ ਸਾਹਿਬ ਨਾਲ ਹੋਇਆ ਉਹਦੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਖਹਿਰਾ ਸਾਹਿਬ ਦੇ ਬੇਟੇ ਨੂੰ ਮੈਂ ਅਤੇ ਬਾਜਵਾ ਸਾਹਿਬ ਨੇ ਦੱਸਤਾ ਸੀਗਾ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਮੈਂ ਸਮਝਦਾ ਕਿ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਔਰ ਨਾ ਕੇਵਲ ਲੋਕਤੰਤਰ ਦੀਆਂ, ਮੈਂ ਸਮਝਦਾ ਕਿ ਜਿਹੜਾ ਸਾਡਾ ਨਿਆਂਪਾਲਿਕਾ ਸੀਗੀ ਉਹਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਗਈਆਂ। ਔਰ ਜਿਸ ਪ੍ਰਕਾਰ ਸੁਖਪਾਲ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆਂ 'ਤੇ ਹੀ ਮੁਕੱਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਨੇ। ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੇ ਰੀਤੀ ਰਿਵਾਜ ਹੈ। ਕਿਸੇ ਨੇ ਲਿਖਿਆ ਹੈ ਕਿ ਵਿਕਾਸ ਕਾਲੇ ਵਿਪਰੀਤ ਬੁੱਧੀ, ਜਦੋਂ ਫਿਰ ਬੁੱਧੀ ਵਿਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਹੁੰਦਾ ਹੈ। ਸੋ ਮੈਂ ਸਮਝਦਾ ਕਿ ਕਈ ਵਾਰੀ ਤੁਹਾਡੇ ਮਤਭੇਦ ਹੁੰਦੇ ਕਿਸੇ ਵਿਅਕਤੀ ਦੇ ਨਾਲ, ਮੇਰੇ ਵੀ ਖਹਿਰਾ ਸਾਹਿਬ ਨਾਲ ਬਹੁਤ ਵਾਰੀ ਬਹੁਤ ਗੱਲਾਂ 'ਤੇ ਮਤਭੇਦ ਰਹਿੰਦੇ ਹੈ, ਅਸੀਂ ਆਹਮਣੇ ਸਾਹਮਣੇ ਚੁਣਾਵ ਵੀ ਲੜੇ ਹੈ। ਲੇਕਿਨ ਇਹ ਨਹੀਂ ਹੈ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰਨ ਹੀ ਲੱਗ ਜਾਈਏ, ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ, ਉਹ ਰੱਬ ਦਾ ਕੰਮ ਹੈ। ਬਥੇਰੇ ਲੋਕ ਮੇਰੇ ਖਿਲਾਫ ਬੋਲਦੇ ਹੈ, ਮੇਰੇ ਬਾਰੇ ਬੋਲਦੇ ਹੈ, ਮਾੜਾ ਬੋਲਦੇ ਹੈ ਔਰ ਪਰਮਾਤਮਾ ਉਹਨਾਂ ਦਾ ਭਲਾ ਕਰੇ। ਤੁਸੀਂ ਦੇਖਿਓ ਆਪਣੇ ਆਪ ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ। ਔਰ ਮੈਂ ਸਮਝਦਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ, ਉਹ ਇੱਕ ਰਾਜਾ ਹੁੰਦਾ, ਰਾਜਾ
ਤੇ ਉਹਦਾ ਦਿਲ ਵੀ ਰਾਜਿਆਂ ਵਰਗਾ ਹੋਣਾ ਚਾਹੀਦਾ। ਉਸ ਕੁਰਸੀ ਤੇ ਬਹਿ ਕੇ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਦਿਲ ਹੋਣਾ ਚਾਹੀਦਾ। ਜੇ ਕੋਈ ਤੁਹਾਨੂੰ ਕਹਿ ਵੀ ਲਵੇ ਤਾਂ ਤੁਸੀਂ ਐਡਾ ਵੱਡਾ ਦਿਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਆਪਦੇ ਦਿਲ ਚ ਸਮਾ ਲਓ ਵੀ ਕੋਈ ਗੱਲ ਨਹੀਂ। ਔਰ ਉਹੀ ਲੋਕ ਜ਼ਿਆਦਾ ਸਮੇਂ ਤੱਕ ਕਾਮਯਾਬ ਰਹਿੰਦੇ ਆ ਜਿਨ੍ਹਾਂ ਦਾ ਹਿਰਦੇ ਵਿਸ਼ਾਲ ਹੁੰਦਾ ਹੈ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲ੍ਹਾਂ ਚ ਬੰਦ ਕਰਨ ਦੇ ਨਾਲ ਤੁਸੀਂ ਵੱਡਾ ਨਹੀਂ ਹੋਣਾ। ਤੁਸੀਂ ਵੱਡਾ ਉਹਦੇ ਹੋਣਾ ਜਿੱਦੇ ਤੁਸੀਂ ਕਿਹਾ ਕਿ ਛੱਡੋ ਯਾਰ ਕੋਈ ਗੱਲ। ਇਤਿਹਾਸ ਗਵਾਹ ਇਸ ਗੱਲ ਦਾ, ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਬਦਲਾਖੋਰੀ ਕੀਤੀ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਤੇ ਜਿਨ੍ਹਾਂ ਨੇ ਵਿਸ਼ਾਲ ਦਿਲ ਦੇ ਨਾਲ ਹਰ ਚੀਜ਼ ਨੂੰ ਆਪਦੇ ਦਿਲ ਚ ਸਮਾ ਲਿਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਕੁਰਸੀਆਂ ਰਹਿਣ ਨਾ ਰਹਿਣ ਉਹ ਹਮੇਸ਼ਾ ਹੀ ਵਸਦੇ ਰਹਿੰਦੇ। ਸੋ ਮੈਂ ਸਮਝਦਾ ਕਿ ਅੱਜ ਜੋ ਖਹਿਰਾ ਸਾਹਿਬ ਦੇ ਨਾਲ ਹੋ ਰਿਹਾ ਜਾਂ ਹੋਇਆ ਇਹਦੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ। ਅਸੀਂ ਕਿਹਨੂੰ ਮਾਰਨ ਲੱਗੇ ਹਾਂ? ਪੰਜਾਬ ਪੰਜਾਬ ਨੂੰ ਮਾਰਨ ਲੱਗਿਆ ਹੈ। ਪੰਜਾਬ ਦੀ ਇਸ ਗੱਲ ਨਾਲ ਤਰੱਕੀ ਰੁਕ ਜਾਏਗੀ। ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਹਾਂ। ਬਥੇਰੇ ਰੋਜ਼ਾਨਾ ਕਤਲੇਆਮ ਪੰਜਾਬ ਦੇ ਵਿੱਚ ਹੋ ਰਿਹਾ ਹੈ, ਅਸੀਂ ਉਹਨਾਂ ਵੱਲ ਧਿਆਨ ਦੇਈਏ। ਅਸੀਂ ਇਸ ਕੰਮ ਤੇ ਲੱਗ ਗਏ ਕਿ ਫਲਾਨਾ ਬੰਦਾ ਹੁਣ ਅੱਜ ਉਹਦੀ ਜ਼ਮਾਨਤ ਹੋ ਗਈ ਤੇ ਉਹਨੂੰ ਕਿੱਦਾਂ ਫੜ ਕੇ ਲਿਆ ਕੇ ਦੁਬਾਰੇ ਫਿਰ ਜੇਲ੍ਹ ਦੇ ਵਿੱਚ ਕਿੰਨਾ ਰੱਖਣਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਐਂ ਚਟਾਂਗ ਵਾਂਗ ਖੜੇ ਹਾਂ ਅਸੀਂ ਸਾਰੀ ਕਾਂਗਰਸ ਪਾਰਟੀ। ਮੀਟਿੰਗ ਸਾਰੇ ਵਰਿਸ਼ਟ ਲੀਡਰਸ ਨੂੰ ਮਿਲਣਾ ਹੈ, ਇਹਦੇ ਤੇ ਗੱਲਬਾਤ ਕਰਕੇ ਫਿਰ ਅਗਲਾ ਕਦਮ ਜਿਸ ਤਰ੍ਹਾਂ ਤਮਾਮ ਸਾਰੇ ਕਾਂਗਰਸੀ ਭਰਾ ਕਹਿਣਗੇ ਉਸ ਤਰ੍ਹਾਂ ਅਸੀਂ ਚੁੱਕਾਂਗੇ। ਔਰ ਮੈਂ ਪੰਜਾਬ ਦੀ ਪੁਲਿਸ ਨੂੰ ਕਹਿਣਾ ਚਾਹੁੰਦਾ ਕਿ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ। ਜਿੰਨਾ ਤੁਸੀਂ ਦਿਮਾਗ ਇਸ ਪਾਸੇ ਲਾਇਆ ਹੋਇਆ ਹੈ ਕਿ ਫਲਾਨੇ ਤੇ ਪਰਚਾ ਕਿੱਦਾਂ ਬਣਾਉਣਾ ਹੈ, ਉਹਨੂੰ ਪਸਾਉਣਾ ਕਿੱਦਾਂ ਹੈ, ਉਹਨੂੰ ਦੇ ਲੋਕਾਂ ਦੀ ਹਿਫਾਜ਼ਤ ਵਾਸਤੇ ਲਾ ਦਿਓਗੇ ਤੇ ਮੈਨੂੰ ਲੱਗਦਾ ਬਿਹਤਰੀਨ ਹੋਏਗੀ। ਔਰ ਦੂਜੀ ਗੱਲ, ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਇਹ ਦਿਨ ਚੱਲਦੇ ਰਹਿੰਦੇ ਆ। ਵੱਡੇ ਵੱਡੇ ਇੱਥੇ ਅਕਬਰ ਬਾਦਸ਼ਾਹ ਚਲੇ ਗਏ, ਇੱਥੇ ਵੱਡੇ ਵੱਡੇ ਅਹਿਲਕਾਰ ਚਲੇ ਗਏ, ਸਭ ਨੇ ਇੱਥੇ ਚਲੇ ਜਾਣਾ। ਔਰ ਜਿੰਨਾ ਕੰਮ ਚੰਗਾ ਕਰ ਲਾਂਗੇ ਮੈਂ ਸਮਝਦਾ ਓਨਾ ਹੀ ਥੋੜ੍ਹਾ ਹੈ। ਸੋ ਮੈਂ ਦੁਬਾਰਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਨਾਲ ਪੰਜਾਬ ਬਹੁਤ ਲੋਕ ਇਹ ਬਦਲਾਖੋਰੀ ਇੱਕ ਦੂਜੇ ਨੂੰ ਮਾਰਨਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਸੋ ਉਮੀਦ ਕਰਦਾ ਕਿ ਸ਼ਾਇਦ ਅਗਾਂਹ ਤੋਂ ਇਹੋ ਜਿਹਾ ਕਿਸੇ ਵਿਅਕਤੀ ਦੇ ਨਾਲ ਨਾ ਹੋਵੇ ਜਿਹੜਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੋਇਆ। ਸੋ ਪਰਿਵਾਰ ਦੇ ਨਾਲ ਔਰ ਸੁਖਪਾਲ ਖਹਿਰਾ ਦੇ ਨਾਲ ਸਾਰੀ ਕਾਂਗਰਸ ਪਾਰਟੀ ਡਟ ਕੇ ਅਸੀਂ ਖੜੇ ਹਾਂ ਔਰ ਜਿੱਥੇ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਸਾਰੇ ਉਹਨਾਂ ਦਾ ਸਾਥ ਦਿਆਂਗੇ। ਔਰ ਆਸ ਕਰਾਂਗਾ ਕਿ ਇਸ ਤੋਂ ਬਾਅਦ ਐਸੀ ਕੋਈ ਘਟਨਾ ਨਾ ਵਾਪਰੇ, ਕਿਉਂਕਿ ਅੱਜ ਲੋਕਾਂ ਨੂੰ ਸਭ ਕੁਝ ਪਤਾ ਲੱਗ ਰਿਹਾ ਹੈ ਕਿ ਕਿਸ ਪ੍ਰਕਾਰ ਜਿਹੜੇ ਨਕਾਬ ਸਨ ਚਿਹਰੇ ਤੇ ਤੁਸੀਂ
ਸੋ ਖਹਿਰਾ ਸਾਹਿਬ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਹੈ, ਜਿੰਨੇ ਵੀ ਉਹਨਾਂ ਨੂੰ ਚਾਹੁਣ ਵਾਲੇ ਹੈ, ਉਹਨਾਂ ਨੂੰ ਬੇਨਤੀ ਕਰਾਂਗਾ ਕਿਸੇ ਗੱਲ ਦੀ ਚਿੰਤਾ ਨਾ ਕਰੋ, ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਏਗਾ। ਔਰ ਉਹਨਾਂ ਚਿਕਰ ਕਿਸੇ ਵਿਅਕਤੀ ਨੂੰ ਗੁਨਾਹਗਾਰ ਨਾ ਸਮਝੋ, ਜਿੰਨਾ ਚਿਕਰ ਉਹਨੂੰ ਗੁਨਾਹਗਾਰ ਕਾਨੂੰਨ ਨਹੀਂ ਠਹਿਰਾ ਦਿੰਦਾ। ਇਸ ਤਰ੍ਹਾਂ ਹੁੰਦਾ ਆਇਆ, ਇਹ ਅੱਜ ਦਾ ਨਹੀਂ, ਪਹਿਲਾਂ ਵੀ ਲੋਕ ਜਿਹੜੇ ਕੋਈ ਆਪਣੀ ਆਵਾਜ਼ ਬੁਲੰਦ ਕਰਦੇ ਸਨ ਜਾਂ ਆਪਣੀ ਗੱਲ ਕਰਦੇ ਸਨ, ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਚ ਜੀਰਾ ਪਾ ਦਿੱਤੀਆਂ ਜਾਂਦੀਆਂ ਸਨ। ਸੋ ਤੁਸੀਂ ਬੇਫਿਕਰ ਰਹੋ, ਬੇਝਿਜਕ ਰਹੋ, ਸੱਚ ਸਾਹਮਣੇ ਆਏਗਾ ਅਤੇ ਸੱਚ ਦੀ ਇੱਕ ਨਾ ਇੱਕ ਦਿਨ ਜਿੱਤ ਹੋਏਗੀ। ਸੋ ਫਿਰ ਮਿਲਦੇ ਹਾਂ, ਜਲਦੀ ਖਹਿਰਾ ਸਾਹਿਬ ਨੂੰ ਮਿਲ ਕੇ ਆਉਣੇ ਆ ਦੁਬਾਰੇ ਫਿਰ। ਸੋ ਤਕੜੇ ਰਹੋ, ਕੋਈ ਗੱਲ ਨਹੀਂ, ਸਮਾਂ ਦੀ ਸਾਰੇ ਜਾਣੇ ਪਰਿਵਾਰ ਨੂੰ ਅਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ, ਉਹਨਾਂ ਦੇ ਚਾਹੁਣ ਵਾਲੇ ਨੂੰ ਹੌਸਲਾ ਦਿਓ ਕਿ ਚਿੰਤਾ ਨਾ ਕਰੋ, ਉਹ ਦਿਨ ਨਹੀਂ, ਇਹ ਦਿਨ ਰਹਿਣੇ ਨਹੀਂ ਹੈ, ਇਹ ਦਿਨ ਫਿਰਦੇ ਰਹਿੰਦੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।